ਅੱਖਾਂ ਗਈਆਂ ਜਹਾਨ ਗਿਆ ਇਹਨਾਂ ਸ਼ਬਦਾਂ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਚੈਰੀਟੇਬਲ ਟਰੱਸਟ ਤੇ ਮੇਲ ਸਿੰਘ ਵਾਲਾ ਵੱਲੋਂ ਜੀਰਾ ਹਾਈਵੇ ਦੇ ਨਜ਼ਦੀਕ ਲਹਿਰਾ ਰੋਹੀ ਪਿੰਡ ਵਿਖੇ ਸ਼੍ਰੀ ਹਰਗੋਬਿੰਦ ਸਾਹਿਬ ਅੱਖਾਂ ਦੇ ਹਸਪਤਾਲ ਦਾ ਨੀਂਹ ਪੱਥਰ ਬਾਬਾ ਗੁਰਸੇਖ ਸਿੰਘ ਜੀ ਸਰਪ੍ਰਸਤ ਛੀਣੀ ਸਾਹਿਬ ਦੇ ਘਰ ਕਮਲਾਂ ਦੇ ਨਾਲ ਰੱਖਿਆ ਗਿਆ। ਇਸ ਤੋਂ ਪਹਿਲਾਂ 16 ਫਰਵਰੀ ਦਿਨ ਮੰਗਲਵਾਰ ਨੂੰ ਅਖੰਡ ਪਾਠ ਸ਼ੁਰੂ ਕਰਵਾਏ ਗਏ ਜਿਸ ਦੇ ਭੋਗ 18 ਜਨਵਰੀ ਯਾਨੀ ਕਿ ਅੱਜ ਪਾਏ ਗਏ। ਇਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਕੀਰਤਨੀ ਜਥੇ ਵੱਲੋਂ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਵੀ ਕੀਤਾ ਗਿਆ। ਇਸ ਮੌਕੇ ਬਾਬਾ ਗੁਰਸੇਖ ਸਿੰਘ ਛੀਣੀ ਸਾਹਿਬ ਵਾਲੇ ਜੀ ਨੇ ਚੇਅਰਮੈਨ ਸੁਖਦੇਵ ਸਿੰਘ ਕੈਨੇਡੀਅਨ ਵਕੀਲਾਂ ਵਾਲੇ ਨੂੰ ਇਸ ਹਸਪਤਾਲ ਨੂੰ ਜਲਦ ਤਿਆਰ ਕਰਾ ਲੋਕਾਂ ਦੀ ਸੇਵਾ ਵਿੱਚ ਲਿਆਉਣ ਲਈ ਕਿਹਾ। ਇਸ ਮੌਕੇ ਬਾਬਾ ਗੁਰਸੇਖ ਸਿੰਘ ਜੀ ਨੇ ਕਿਹਾ ਕਿ ਆਮ ਲੋਕਾਂ ਦਾ ਇੱਥੇ ਮੁਫ਼ਤ ਇਲਾਜ ਕੀਤਾ ਜਾਵੇਗਾ। ਇਸ ਮੌਕੇ ਆਏ ਜਥੇਦਾਰ ਇੰਦਰਜੀਤ ਸਿੰਘ ਜੀਰਾ ਸਾਬਕਾ ਮੰਤਰੀ ਪੰਜਾਬ ਨੇ ਕਿਹਾ ਕਿ ਇਹ ਇੱਕ ਬਹੁਤ ਵੱਡੀ ਦੇਣ ਹੈ ਜੋ ਕਿ ਇਸ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੀ ਇਸ ਇਲਾਕੇ ਨੂੰ ਬਹੁਤ ਹੀ ਜ਼ਰੂਰਤ ਸੀ। ਇਸ ਮੌਕੇ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਧਾਰਮਿਕ ਸੰਸਥਾਵਾਂ ਵੱਲੋਂ ਇਸ ਸ਼ਲਾਘਾਯੋਗ ਕਦਮ ਦੀ ਸਰਾਹਨਾ ਕੀਤੀ ਗਈ। ਇਸ ਮੌਕੇ ਆਏ ਹੋਏ ਲੋਕਾਂ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਅੱਖਾਂ ਦੇ ਹਸਪਤਾਲ ਨੂੰ ਬਣਾਉਣ ਦੇ ਚੁੱਕੇ ਗਏ ਕਦਮ ਨੂੰ ਸ਼ਲਾਘਾਯੋਗ ਕਦਮ ਦੱਸਿਆ। ਇਸ ਮੌਕੇ ਆਏ ਸ਼ਹਿਰ ਵਾਸੀਆਂ ਅਤੇ NRI ਵੀਰਾਂ ਵੱਲੋਂ ਹਸਪਤਾਲ ਬਣਾਉਣ ਵਾਸਤੇ ਆਪਣਾ ਯੋਗਦਾਨ ਪਾਇਆ ਗਿਆ। ਅੰਤ ਵਿੱਚ ਚੇਅਰਮੈਨ ਸੁਖਦੇਵ ਸਿੰਘ ਸਿੱਧੂ ਕੈਨੇਡੀਅਨ ਵਕੀਲਾਂ ਵਾਲੇ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਉਸ ਤੋਂ ਬਾਅਦ ਇਸ ਟਰੱਸਟ ਦੇ ਤੀਸਰੇ ਜਿਹੜੇ ਟਰੱਸਟੀ ਨੇ ਸਰਦਾਰ ਕਰਮਜੀਤ ਸਿੰਘ ਜੀ ਸੁਨੇਹਰ, ਉਹ ਵਾਈਸ ਚੇਅਰਮੈਨ ਨੇ, 55,000 ਰੁਪਏ ਦਾ ਯੋਗਦਾਨ ਉਹਨਾਂ ਵੱਲੋਂ ਵੀ ਦਿੱਤਾ ਗਿਆ ਇਸ ਟਰੱਸਟ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇਸ ਹਸਪਤਾਲ ਦੀ ਸੇਵਾ ਦੇ ਲਈ। ਚੌਥੇ ਮੈਂਬਰ ਨੇ ਸਰਦਾਰ ਗੁਲਜਾਰ ਸਿੰਘ ਜੀ ਮੀਹਾਂ ਸਿੰਘ ਵਾਲਾ, ਜਿਹੜੇ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਮੇਹਰ ਸਿੰਘ ਵਾਲਾ ਵਿੱਚ ਬੜੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਨੇ, ਉਹ ਵੀ ਇਸ ਟਰੱਸਟ ਦੇ ਮੈਂਬਰ ਨੇ। ਅਤੇ ਪੰਜਵੇਂ ਟਰੱਸਟ ਦੇ ਮੈਂਬਰ ਨੇ ਸਰਦਾਰ ਪ੍ਰਗਟ ਸਿੰਘ ਜੀ, ਜਿਹੜੇ ਕਿ ਸੰਤ ਬਾਬਾ ਗੁਰਸੇਵਕ ਸਿੰਘ ਜੀ ਦੇ ਹੋਣਹਾਰ ਸੁਪੁੱਤਰ ਨੇ, ਜਿਹੜੇ ਕਿ ਸਕੂਲ ਦੇ ਵਿੱਚ ਵੀ ਬੜੀ ਵੱਡੀ ਜਿਹੜੀ ਉਹ ਸੇਵਾ ਕਰ ਰਹੇ ਨੇ। ਸੋ ਮੈਂ ਸੰਖੇਪ ਦੀ ਜਾਣਕਾਰੀ ਇਸ ਟਰੱਸਟ ਬਾਰੇ ਦਿੱਤੀ ਹੈ ਕਿ ਇਸ ਟਰੱਸਟ ਦੇ ਵੱਲੋਂ ਹੀ ਇਹ ਸਾਰਾ ਹਸਪਤਾਲ ਜਿਹੜਾ ਸੰਗਤਾਂ ਦੇ ਸਹਿਯੋਗ ਦੇ ਨਾਲ ਚਲਾਇਆ ਜਾਣਾ ਹੈ। ਸੋ ਬਾਕੀ ਸਾਰੇ ਇਲਾਕੇ ਦੀਆਂ ਸੰਗਤਾਂ ਆਈਆਂ ਨੇ, ਅਸੀਂ ਇਹ ਜਿਹੜਾ ਹਸਪਤਾਲ ਖੁੱਲ੍ਹ ਰਿਹਾ ਹੈ 6ਵੇਂ ਪਾਤਸ਼ਾਹ ਦੇ ਨਾਂ 'ਤੇ, ਸੰਤ ਬਾਬਾ ਗੁਰਸੇਵਕ ਸਿੰਘ ਜੀ ਸਰਪ੍ਰਸਤ ਨੇ, ਗਰੀਬਾਂ ਦੀ ਗਰੀਬਾਂ ਨੂੰ ਦੇਖਦਿਆਂ ਅੱਖਾਂ ਦਾ ਫ੍ਰੀ ਹਸਪਤਾਲ ਖੋਲ੍ਹ ਰਹੇ ਹਾਂ। NRI ਵੀਰਾਂ ਦੇ ਸਾਥ ਨਾਲ, ਸ਼ਹਿਰ ਨਿਵਾਸੀਆਂ ਦੇ ਸਾਥ ਨਾਲ, ਇਲਾਕੇ ਦੇ ਸਾਥ ਨਾਲ ਕਿ ਇਹ ਹਸਪਤਾਲ ਹੋਰ ਕਿਤੇ ਇੱਥੇ ਆਪਣੇ ਇਲਾਕੇ ਦੇ ਨੇੜੇ ਨਹੀਂ ਹੈ, ਇਹ ਗਰੀਬਾਂ ਨੂੰ ਆਪਣਾ ਗਰੀਬਾਂ ਵਾਸਤੇ ਸਹੂਲਤ ਬਣੇ, ਕੋਈ ਅੱਖਾਂ ਤੋਂ ਵਾਂਝਾ ਨਾ ਰਹੇ, ਕਿਉਂਕਿ ਰੋਸ਼ਨੀ ਬੰਦੇ ਵਾਸਤੇ ਜ਼ਰੂਰੀ ਹੁੰਦੀ ਆ ਹਮੇਸ਼ਾ ਅੱਖਾਂ ਦੀ। ਇਸ ਕਰਕੇ ਸੰਤਾਂ ਨੇ ਉਪਰਾਲਾ ਕੀਤਾ, ਸੰਤ ਬਾਬਾ ਗੁਰਸੇਵਕ ਸਿੰਘ ਜੀ ਸ਼ਹੀਦ ਸਾਹਿਬ ਵਾਲਿਆਂ ਨੇ 6ਵੇਂ ਪਾਤਸ਼ਾਹ ਦੇ ਨਾਂ 'ਤੇ ਇਹ ਹਸਪਤਾਲ ਖੋਲ੍ਹ ਰਹੇ ਹਾਂ। ਜੀਰਾ ਦੇ ਕੋਲ NRI ਵੀਰਾਂ ਵੱਲੋਂ ਲਹਿਰਾ ਪਿੰਡ ਦੇ ਕੋਲ ਇਹ ਜੋ ਅੱਖਾਂ ਦਾ ਹਸਪਤਾਲ ਖੁੱਲ੍ਹ ਰਿਹਾ, ਇਸ ਨੂੰ ਸਮਾਜ ਦੇ ਗਰੀਬ ਲੋਕਾਂ ਨੂੰ ਬਹੁਤ ਵੱਡੀ ਜ਼ਰੂਰਤ ਸੀ, ਬੜੀ ਖੁਸ਼ੀ ਦੀ ਗੱਲ ਹੈ। ਅਸੀਂ ਸਹਾਰਾ ਕਲੱਬ ਜੀਰਾ ਵੱਲੋਂ ਬੇਨਤੀ ਕਰਦੇ ਹਾਂ ਸਮਾਜਿਕ ਵੀਰਾਂ ਨੂੰ ਕਿ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਇਹਨੂੰ ਜਲਦੀ ਜਲਦੀ ਨੇਪਰੇ ਚੜ੍ਹਿਆ ਜਾਵੇ। ਧੰਨਵਾਦ। 6ਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਨਾਂ 'ਤੇ ਹੋਸਪਿਟਲ ਅੱਖਾਂ ਦਾ ਨੀਂਹ ਪੱਥਰ ਰੱਖਿਆ ਗਿਆ, ਜਿਹਦੇ ਵਿੱਚ ਅੱਖਾਂ ਦੇ ਆਪਰੇਸ਼ਨ ਅਤੇ ਸਾਰਾ ਇਲਾਜ ਫ੍ਰੀ ਹੋਊਗਾ। ਇਸ ਤੋਂ ਮਗਰੋਂ ਬਾਬਾ ਗੁਰੂ ਨਾਨਕ ਜੀ ਦੇ ਨਾਮ 'ਤੇ ਗੁਰੂ ਨਾਨਕ ਹੱਟ ਕਰਿਆਨਾ ਹਰੇਕ ਚੀਜ਼ ਦਾ ਅਤੇ ਦੂਜਾ ਹੱਟ ਦਵਾਈਆਂ ਦਾ ਫ੍ਰੀ ਮਤਲਬ ਚਾਲੂ ਕੀਤਾ ਜਾਊਗਾ। ਮੋਦੀ ਖਾਨਾ ਗੁਰੂ ਨਾਨਕ ਸਾਹਿਬ ਜੀ ਦੇ ਨਾਂ 'ਤੇ ਚਾਲੂ ਕੀਤਾ ਜਾਊਗਾ। ਕਿੰਨੀ ਲਾਗਤ ਨਾਲ ਤਿਆਰ ਹੋ ਰਿਹਾ ਜੀ? ਇਹ ਘੱਟੋ ਘੱਟ 10 ਕਰੋੜ ਰੁਪਇਆ ਖਰਚਾ ਹੋ ਜਾਊਗਾ। ਇਹ ਕਿੰਨੇ ਟਾਈਮ ਦੇ? ਆਵਾਜ਼ ਏਕਮ ਟੀਵੀ ਲਈ ਫਿਰੋਜ਼ਪੁਰ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਭੁੱਲਰ ਦੀ ਰਿਪੋਰਟ।